ਅਸਲਾਮ ਅਲੈਕੁਮ, ਵੈਲਕਮ ਬੈਕ ਟੂ ਐਨਦਰ ਵਲੌਗ। ਤੁਹਾਡਾ ਆਪਣਾ ਮੁਜ਼ੰਮਲ ਜੀ। ਕਾਫੀ ਦਿਨਾਂ ਬਾਅਦ ਕੀ ਕਾਫੀ ਮਹੀਨਿਆਂ ਬਾਅਦ ਅੱਜ ਮੈਂ ਕੈਮਰਾ ਔਨ ਕੀਤਾ ਵਾ, ਠੀਕ ਹੈ ਨਾ। ਚੈਨਲ ਨੂੰ ਐਕਟਿਵ ਤਾਂ ਰੱਖਿਆ ਹੋਇਆ ਸੀਗਾ, ਬਰਹਾਲ ਜਿਹੜਾ ਨਾ ਵੀਡੀਓ ਬਣਾਉਣ ਨੂੰ ਦਿਲ ਹੀ ਨਹੀਂ ਕੀਤਾ, ਮਸਰੂਫ ਬੜੇ ਹੋ ਗਏ ਸੀਗੇ, ਠੀਕ ਹੈ ਨਾ। ਕੰਮਾਂ ਕਾਰਾਂ ਦੇ ਵਿੱਚ ਕੋਈ ਸਰਦੀ ਆ ਗਈ, ਦਿਲ ਹੀ ਨਹੀਂ ਕੀਤਾ ਵੀਡੀਓ ਬਣਾਉਣ ਨੂੰ। ਅਤੇ ਅੱਜ ਜੁਮਾ ਪੜ੍ਹ ਕੇ ਆਏ ਹਾਂ, ਕਟਿੰਗ ਕਰਾਈ ਆ, ਠੀਕ ਹੈ ਜੀ, ਖਾਦਸ਼ਾਤ ਕਰਾ ਕੇ ਅਤੇ ਬਾਹਰੋਂ ਫਿਰ ਤੁਰ ਕੇ ਆਏ ਹਾਂ। ਅੱਜ ਛੱਤ 'ਤੇ ਧੁੱਪ ਨਿਕਲੀ ਸੀ, ਐ ਕੜਾਕੀ ਕੜਾਕੀ। ਆਸੇ ਪਾਸੇ ਦਾ ਵਿਊ ਦੇਖ ਲਓ ਕੀ ਸੂਰਤ ਹਾਲ ਆ, ਠੀਕ ਹੈ ਜੀ। ਅਤੇ ਮੈਂ ਕਿਹਾ ਸੀ ਵਿਟਾਮਿਨ ਡੀ ਲੈ ਲਈਏ, ਠੰਡ ਲੱਗਣ ਦੀ ਸੀ, ਨਹਾਤੇ ਸੀਗੇ। ਅਤੇ ਜਿੱਦਾਂ ਕਿ ਆਹ ਖੁੱਡਾ ਬਣਾਇਆ ਸੀਗਾ, ਠੀਕ ਹੈ ਜੀ, ਇਹ 'ਚ ਰੱਖੇ ਇੱਕ ਦੋ ਜਾਨਵਰ। ਅਤੇ ਅਗਲਾ ਵਲੌਗ ਬਣਾਵਾਂਗੇ ਅਤੇ ਉਹਦੇ ਵਿੱਚ ਦਿਖਾਵਾਂਗੇ ਜਾਨਵਰ ਨੂੰ, ਜਾਨਵਰ ਵੀ ਵਧਾਵਾਂਗੇ, ਮੁਰਗੀਆਂ ਵੀ ਦਿਖਾਵਾਂਗੇ। ਅਤੇ ਕੁਛ ਆਹਿਸਤਾ ਆਹਿਸਤਾ ਜਿਹੜਾ ਨਾ ਜਾਨਵਰ ਹੋਰ ਲਿਆ ਕੇ ਪਾਵਾਂਗੇ ਅਤੇ ਤੁਹਾਨੂੰ ਵੀਡੀਓ ਥੋੜ੍ਹੀ ਇੰਟਰਸਟਿੰਗ ਕਰਕੇ ਦਿਖਾਵਾਂਗੇ। ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਮੈਂ ਹੁਣ ਅੱਜ ਤੋਂ ਬਾਅਦ ਵੀਡੀਓ ਬਣਾਇਆ ਕਰਾਂਗਾ ਅਤੇ ਯੂਟਿਊਬ 'ਤੇ ਚਾੜਿਆ ਕਰਾਂਗੇ, ਅਤੇ ਤੁਹਾਨੂੰ ਜਿਹੜਾ ਨਾ ਜਿਹੜਾ ਤੁਹਾਡਾ ਵਕਤ ਗੁਜ਼ਾਰਾਂਗੇ ਆਪਣੀਆਂ ਵੀਡੀਓ ਦਿਖਾ ਕੇ। ਬਾਕੀ ਬਰਹਾਲ ਕੋਸ਼ਿਸ਼ ਕਰ ਰਹੇ ਹਾਂ ਕਿ ਆਹ ਜਿਹੜੀ ਜਗ੍ਹਾ ਵਾ, ਠੀਕ ਆ, ਇਸ ਜਗ੍ਹਾ 'ਤੇ ਕੋਈ ਛੋਟਾ ਜਿਹਾ ਜਿੱਦਾਂ ਸ਼ੌਕ ਟੈਪ ਫਾਰਮ ਬਣਾ ਲਈਏ। ਫਾਰਮ ਦਾ ਮਕਸਦ ਇਹ ਆ ਕਿ ਮੁਰਗੀਆਂ ਦਾ ਪੋਲਟਰੀ ਫਾਰਮ, ਠੀਕ ਹੈ ਜੀ, ਕੋਈ 50-100 ਜਾਨਵਰ ਲਿਆ ਕੇ ਇੱਥੇ ਰੱਖੀਏ ਅਤੇ ਤੁਹਾਨੂੰ ਉਹਦੀ ਤਰੀਕਾਕਾਰ ਦਿਖਾਈਏ, ਕਿੱਦਾਂ ਅਸੀਂ ਪਾਲਦੇ ਹਾਂ, ਕਿੱਦਾਂ ਉਹਦੀ ਪ੍ਰੋਡਕਸ਼ਨ ਲੈਂਦੇ ਹਾਂ। ਬਾਕੀ ਮੈਂ ਹੁਣ ਛੱਤੇ ਹਾਂ, ਠੀਕ ਹੈ ਜੀ। ਅਤੇ ਫਿਲਹਾਲ ਤਾਂ ਜਿਹੜਾ ਉਹ ਖੁੱਡਾ ਬਣਾ ਕੇ ਦਿੱਤਾ ਸੀਗਾ ਨਿੱਕੇ ਭਾਈ ਨੂੰ, ਅਤੇ ਉਹਨੇ ਰੱਖੇ ਹੋਏ ਜਾਨਵਰ ਜਦੋਂ ਆਪਾਂ ਰੱਖਾਂਗੇ ਤੁਹਾਨੂੰ ਅੱਛੇ ਤਰੀਕੇ ਨਾਲ ਦਿਖਾਵਾਂਗੇ ਅਤੇ ਕਿੱਦਾਂ ਰੱਖੀ ਦੇ ਆ, ਕੀ ਹਿਸਾਬ ਸਾਂਭ ਹੈਗਾ, ਪ੍ਰੋਪਰ ਵਲੌਗ ਬਣਾਵਾਂਗੇ। ਅਤੇ ਬਾਕੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਹੈਗਾ, ਅਤੇ ਭਰਾ ਨੂੰ ਦੁਆਵਾਂ 'ਚ ਯਾਦ ਰੱਖਿਓ। ਮਿਲਦੇ ਹਾਂ ਅਗਲੀ ਵੀਡੀਓ 'ਚ। ਬਸ ਇੰਨਾ ਕਲਿੱਪ ਬਣਾਉਣ ਦਾ ਮਕਸਦ ਇਹ ਆ ਕਿ ਤੁਹਾਨੂੰ ਦੱਸਣਾ ਕਿ ਅਸੀਂ ਯੂਟਿਊਬ 'ਤੇ ਆ ਗਏ ਹਾਂ।